ਰਹੇ ਹੋ ਅਦਾਰਾ ਤਹਿਲਕਾ ਪੰਜਾਬ ਦਾ ਵੈਬ ਟੀਵੀ ਨਿਊਜ਼ ਚੈਨਲ www.tehalkapunjab.tv। ਨਾਮ ਲੈ ਲਓ ਇੱਕ ਮਿੰਟ ਜਿਸ ਪ੍ਰਕਾਰ ਪੁਲਿਸ ਨੇ ਤਾਨਾਸ਼ਾਹੀ ਰਵੱਈਏ ਸੇ ਹਮਾਰੇ ਸਰਦਾਰ ਜਰਨੈਲ ਸਿੰਘ ਬਰਾੜ ਕੋ ਯਹਾਂ ਸੇ ਉਠਾ ਕੇ ਲੈ ਗਈ, ਉਸਕੇ ਲਈ ਕਾਂਗਰਸ ਪਾਰਟੀ ਔਰ ਡੈਮੋਕ੍ਰੇਸੀ ਕਾ ਜਿਸ ਪ੍ਰਕਾਰ ਉਨ੍ਹੋਂਨੇ ਗਲਾ ਘੋਟਾ ਹੈ, ਯੇ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਹੋਈ ਹੈ। ਔਰ ਹਮ ਜਬ ਸ਼ਾਂਤੀਪੂਰਵਕ ਯਹਾਂ ਪਰ ਆਪਣੀ ਮੰਗ ਮਨਵਾਨੇ ਕੇ ਲੀਏ ਧਰਨਾ ਦੇ ਰਹੇ ਥੇ, ਤੋ ਇਸ ਤਰ੍ਹਾਂ ਉਠਾਨਾ ਔਰ ਜਬ ਉਸਤੇ ਰਾਤ ਕੋ ਉਠਾ ਕੇ ਲੈ ਜਾਣਾ, ਯੇ ਇੱਕ ਬਹੁਤ ਹੀ ਹਮਾਰੇ ਸਾਥ ਸਿੱਖ ਕੌਮ ਕੇ ਸਾਥ ਅਤਿਆਚਾਰ ਵਾਲਾ ਕਾਮ ਕੀਆ ਗਿਆ ਹੈ। ਔਰ ਹਮ ਹਰਿਆਣਾ ਕੀ ਸਿੱਖ ਕੌਮ ਮੇਂ ਇਸਮੇਂ ਬਹੁਤ ਬੜਾ ਰੋਸ ਫੈਲ ਚੁੱਕਾ ਹੈ, ਇਸ ਲਈ ਅਬ ਹਮਨੇ ਫੈਸਲਾ ਕੀਆ ਹੈ ਕਿ ਉਨਕੀ ਜਗ੍ਹਾ ਸਰਦਾਰ ਸਵਰਨ ਸਿੰਘ ਰਤੀਆ ਜੋ ਕਿ 45 ਵਰਸ਼ ਕੇ ਹੈ, ਇੱਕ ਨੌਜਵਾਨ ਹਮਾਰੇ ਮਰਨ ਵਰਤ ਪਰ ਬੈਠ ਗਏ ਹੈ, ਔਰ ਜਬ ਤੱਕ ਯੇ ਹਮਾਰੀ ਮੰਗ ਕੋ ਪੂਰਾ ਨਹੀਂ ਕੀਆ ਜਾਤਾ, ਤਬ ਤੱਕ ਹਮਾਰੇ ਸਿੱਖੋਂ ਕੇ ਐਸੇ ਹੀ ਔਰ ਨੁਮਾਇੰਦੇ ਭੁੱਖ ਹੜਤਾਲ ਪਰ ਮਰਨ ਵਰਤ ਪਰ ਬੈਠੇ ਰਹੇਗੇ। ਹਮ ਦੇਖਣਾ ਚਾਹਤੇ ਹੈ ਕਿ ਯੇ ਹਥਿਆਰੀ ਕਾਂਗਰਸ, ਯੇ ਬੇਈਮਾਨ ਕਾਂਗਰਸ, ਯੇ ਧੋਖੇਬਾਜ਼ ਕਾਂਗਰਸ ਹਮਾਰੇ ਤੱਕ ਕਬ ਤੱਕ ਜ਼ੁਲਮ ਕਰਤੀ ਰਹੇਗੀ, ਜੋ ਸਾਥ ਵਾਅਦਾ ਕੀਆ ਮਗਰ 10 ਸਾਲ ਬੀਤ ਜਾਣੇ ਕੇ ਬਾਅਦ ਵੀ ਯੇ ਆਪਣੇ ਵਾਅਦੇ ਕੋ ਪੂਰਾ ਨਹੀਂ ਕਰ ਸਕੀ, ਔਰ ਅਬ ਵੀ ਹਮੇ ਯੇ ਭਰੋਸਾ ਦੇਕਰ ਕਿਸੇ ਨਾ ਕਿਸੇ ਤਰੀਕੇ ਸੇ ਯਹਾਂ ਧਰਨੇ ਕੋ ਸਮਾਪਤ ਕਰਨਾ ਦੇਣਾ ਚਾਹਤੀ ਹੈ, ਤਾਨਾਸ਼ਾਹੀ ਰਵੱਈਏ ਸੇ ਹਮਾਰੇ ਧਰਨੇ ਕੋ ਸਮਾਪਤ ਕਰਨਾ ਦੇਣਾ ਚਾਹਤੀ ਹੈ। ਔਰ ਹਮ ਕਾਂਗਰਸ ਪਾਰਟੀ ਕੋ ਚੇਤਾਵਨੀ ਦੇਤੇ ਹੈ ਕਿ ਚਾਹੇ ਹਮੇ ਕਿਤਨੀ ਵੀ ਕੁਰਬਾਨੀਆਂ ਕਰਨੀ ਪੜੇ, ਚਾਹੇ ਹਮਾਰੇ ਕਿਤਨੇ ਵੀ ਸਿੰਘੋ ਕੋ ਮਰਨ ਵਰਤ ਪਰ ਬੈਠਣਾ ਪੜੇ, ਮਗਰ ਹਮ ਆਪਣੀ ਜਮਾਤ ਸੇ ਪਿੱਛੇ ਨਹੀਂ ਹਟੇਂਗੇ ਔਰ ਆਪਣੀ ਹਮਾਰਾ ਅਲਗ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਸਥਾਪਿਤ ਕਰਵਾ ਕੇ ਜਾਏਗੀ, ਉਹ ਆਗੇ ਵਿਚਾਰ ਕਰਕੇ ਸਭੀ ਕਾ ਖੁਲਾਸਾ ਜਲਦੀ ਹੀ ਕਰਦੇ। ਹਾਂ, ਉਹ ਜਬ ਆਚਾਰ ਸੰਹਿਤਾ ਇਲੈਕਸ਼ਨ ਡਿਕਲੇਅਰ ਨਹੀਂ ਹੋਤੇ ਉਸਸੇ ਪਹਿਲੇ 9 ਮੈਂਬਰੀ ਕਮੇਟੀ ਅਭੀ ਫੈਸਲਾ ਵਿਚਾਰ ਕਰ ਰਹੀ ਹੈ, ਇਲੈਕਸ਼ਨ ਡਿਕਲੇਅਰ ਹੋਤੇ ਹੀ ਹਮ ਕੋਈ ਫੈਸਲਾ ਯਹਾਂ ਪਰ ਧਰਨੇ ਪਰ ਹੀ ਲਿਆ ਜਾਏਗਾ ਕਿ ਅੱਗੇ ਹਮਨੇ ਕਾਂਗਰਸ ਪੱਕਾ ਕਿਆ ਕਿਸੀ ਪਾਰਟੀ ਕਾ ਸਮਰਥਨ ਦੇਣਾ ਹੈ, ਯਾ ਖੁਦ ਕੈਂਡੀਡੇਟ ਕਰਨੇ ਹੈ, ਯਾ ਇਲੈਕਸ਼ਨ ਕਾ ਬਾਈਕਾਟ ਕਰਨਾ ਹੈ, ਯਹ ਫੈਸਲਾ ਹਮਾਰੀ 9 ਮੈਂਬਰੀ ਕਮੇਟੀ ਲੇਗੀ। ਤਬ ਤੱਕ ਯਹਾਂ ਪਰ ਧਰਨਾ ਜਾਰੀ ਰਹੇਗਾ ਔਰ ਮਰਨ ਵਰਤ ਯਹਾਂ ਪਰ ਜਾਰੀ ਰਹੇਗਾ।
ਜਿਵੇਂ ਜਰਨੈਲ ਸਿੰਘ ਨੂੰ ਪ੍ਰਸ਼ਾਸਨ ਨੇ ਉਠਾ ਦਿੱਤਾ, ਸਵਰਨ ਸਿੰਘ ਜੀ ਹੁਣ ਬੈਠਣਗੇ ਤਾਂ ਉਹਨਾਂ ਤੋਂ ਵੀ ਉਠਾ ਸਕਦਾ ਪ੍ਰਸ਼ਾਸਨ, ਉਹ ਵੀ ਤੁਹਾਡਾ ਕੀ ਸਟੈਪ ਹੈ ਉਸ ਤੇ? ਉਸ ਤੋਂ ਬਾਅਦ ਵੀ ਸਾਡੇ ਸਿੰਘ ਹੋਰ ਤਿਆਰ ਨੇ, ਇਹ ਹੋਰ ਮਰਨ ਵਰਤੇ ਬਹਿਣਗੇ। ਅਸੀਂ ਵੇਖਣਾ ਚਾਹੁੰਦੇ ਹਾਂ ਕਿ ਹਰਿਆਣਾ ਦੇ ਸਿੱਖਾਂ ਨਾਲ ਇਹ ਕਿੰਨਾ ਕੁ ਜ਼ੁਲਮ ਕਰਦੇ ਨੇ, ਕਿੰਨਾ ਕੁ ਅਤਿਆਚਾਰ ਕਰ ਸਕਦੇ। ਜਿਹੜਾ ਸਰ ਅਲਟੀਮੇਟਮ ਦਿੱਤਾ ਕਿ ਪ੍ਰਸ਼ਾਸਨ ਨੇ ਸ਼ਾਮ ਤੱਕ ਜਿਹੜਾ ਉਗਰ ਰੂਪ ਲੈ ਲੂਗਾ ਤੁਹਾਡਾ, ਜਿਵੇਂ ਆਪਣੇ ਕਿਹਾ ਕਿ ਜਿੰਦੀ, ਹਾਂਜੀ ਉਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਕਿ ਅਗਲਾ ਸਾਡਾ ਸਟੈਪ ਜਿਹੜਾ ਹੈ, ਇਹ ਜੇ ਨਾ ਇੱਥੇ ਜਰਨੈਲ ਸਿੰਘ ਬਰਾੜ ਨੂੰ ਭੇਜਿਆ ਗਿਆ ਤੇ ਅਸੀਂ ਕਿਵੇਂ ਸਟੈਪ ਚੁੱਕਾਂਗੇ, ਰਸਤਾ ਵੀ ਜਾਮ ਹੋ ਸਕਦਾ, ਕਰਾਓ ਵੀ ਹੋ ਸਕਦਾ। ਕਿਉਂਕਿ ਤਾਨਾ ਸਾਹਿਬ ਰਵੱਈਏ ਦੇ ਨਾਲ ਪੁਲਿਸ ਪ੍ਰਸ਼ਾਸਨ, ਸੈਂਟਰ ਸਰਕਾਰ, ਹਰਿਆਣਾ ਸਰਕਾਰ ਦੀ ਹਦਾਇਤ ਤੇ ਭਾਈ ਜਰਨੈਲ ਸਿੰਘ ਜੀ ਨੂੰ ਜ਼ਬਰਦਸਤੀ ਇੱਥੋਂ ਉਠਾ ਕੇ ਲੈ ਗਈ। ਇਹਨਾਂ ਦੇ ਨਾਲ ਸਿੱਖ ਕੌਮ ਦੇ ਹਿਰਦਿਆਂ ਨੂੰ ਬੜੀ ਵੱਡੀ ਠੈਸ ਪਹੁੰਚੀ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ, ਅਸੀਂ ਪੂਰਨ ਤੌਰ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮਰਥਨ ਕਰਦੇ ਹਾਂ। ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜਾਂਗੇ। ਜਿਸ ਤਰ੍ਹਾਂ ਅੱਜ ਭਾਈ ਸਵਰਨ ਸਿੰਘ ਜੀ ਭਾਈ ਜਰਨੈਲ ਸਿੰਘ ਦੀ ਥਾਂ ਤੇ ਬੈਠੇ ਹਨ, ਮੈਂ ਦੱਸ ਦੇਣਾ ਚਾਹੁੰਦਾ ਵਾਂ ਭਾਈ ਸਵਰਨ ਸਿੰਘ ਜੀ ਵੀ ਸਾਡੇ ਸਤਿਕਾਰ ਸਭਾ ਦੇ ਸਿਰਕੱਢ ਮੈਂਬਰ ਹਨ, ਆਗੂ ਹਨ ਸਾਡੇ ਰਤੀਆ ਜ਼ਿਲ੍ਹੇ ਦੇ ਸਤਿਕਾਰ ਸਭਾ ਦੇ, ਅਤੇ ਇਹਨਾਂ ਦਾ ਸਮਰਥਨ ਅਸੀਂ ਦਿਲੋਂ ਦੇਵਾਂਗੇ। ਜਿੰਨਾ ਚਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਨਹੀਂ ਆ ਜਾਂਦੀ, ਉਨਾ ਚਿਰ ਸਾਡਾ ਇਹ ਸੰਘਰਸ਼ ਜਾਰੀ ਰਹੇਗਾ। ਮੈਂ ਇੱਕ ਕਲੀਅਰ ਗੱਲ ਕਰ ਦੇਣੀ ਚਾਹੁੰਦਾ ਪ੍ਰਸ਼ਾਸਨ ਨੂੰ, ਸਰਕਾਰ ਨੂੰ ਅਤੇ ਸੈਂਟਰ ਸਰਕਾਰ ਨੂੰ, ਜਿਸ ਤਰ੍ਹਾਂ ਜਰਨੈਲ ਸਿੰਘ ਨੂੰ ਜ਼ਬਰਦਸਤੀ ਉਠਾਇਆ, ਜੇਕਰ ਹੁਣ ਭਾਈ ਸਵਰਨ ਸਿੰਘ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਇਹਦਾ ਸਿੱਟਾ ਜਿਹੜਾ ਉਹ ਬੜਾ ਭਿਆਨਕ ਨਿਕਲੇਗਾ। ਉਹਦੀ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ, ਹਰਿਆਣਾ ਸਰਕਾਰ ਹੋਵੇਗੀ, ਸੈਂਟਰ ਸਰਕਾਰ ਹੋਵੇਗੀ। ਜਿੰਨਾ ਚਿਰ ਸਾਡੇ ਵਿੱਚ ਦਮ ਹੈ ਉਨਾ ਚਿਰ ਅਸੀਂ ਇਹ ਲੜਾਈ ਜਿਹੜੀ ਜਾਰੀ ਰੱਖਾਂਗੇ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਵੱਛ ਲਵਾਂਗੇ, ਕਿਉਂਕਿ ਹਰਿਆਣਾ ਦੇ ਸਿੱਖਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ, ਜਿਹੜਾ ਬਾਦਲ ਦੇ ਇਸ਼ਾਰਿਆਂ ਤੇ ਚੱਲਦਾ ਹੈ, ਜਿਹੜਾ ਆਪਣੇ ਕਮੇਟੀ ਦਾ ਪ੍ਰਧਾਨ ਹੋ ਕੇ ਸਰਕਾਰ ਦਾ ਪਿੱਠੂ ਬਣਿਆ ਹੋਇਆ ਹੈ, ਉਹਦਾ ਤਾਨਾ ਸਾਹ ਰਵੱਈਆ ਸਿੱਖਾਂ ਨੂੰ ਪਸੰਦ ਨਹੀਂ, ਕਿਉਂਕਿ ਸਾਨੂੰ ਸਾਡਾ ਹੱਕ ਨਹੀਂ ਮਿਲਿਆ, ਸਾਨੂੰ ਸਾਡਾ ਸਥਾਨ ਨਹੀਂ ਮਿਲਿਆ। ਇਸ ਕਰਕੇ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਵੱਛ ਲੈ ਕੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੋਂ ਤੱਕ ਮੇਰਾ ਮਨੋਰਥ ਹੈ, ਮੇਰਾ ਸੁਝਾਅ ਹੈ ਵੀ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਸਰਕਾਰ ਨੂੰ ਬਹੁਤ ਹਰਿਆਣਾ ਦੇ ਸਿੱਖਾਂ ਦੇ ਜੋ ਮਸਲੇ ਹਨ, ਜਿਸ ਤਰ੍ਹਾਂ ਮੇਨ ਮੁੱਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ, ਤੇ ਉਹ ਐਲਾਨ ਕਰ ਦਿੱਤਾ ਜਾਵੇ ਤੇ ਇਹਦੇ ਵਿੱਚ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਤੇ ਇਹਦਾ ਸਰਕਾਰ ਨੂੰ ਫਾਇਦਾ ਹੈ। ਜਿਵੇਂ ਕਿ ਸਮੂਹ ਸੰਗਤ, ਸਤਿਕਾਰ ਸਭਾ, ਹਰਿਆਣਾ ਦੀਆਂ ਸੰਸਥਾਵਾਂ ਨੇ, ਹਰਿਆਣਾ ਗੁਰਦੁਆਰਾ ਕਮੇਟੀ ਵੱਲੋਂ ਸਾਰਿਆਂ ਵੱਲੋਂ ਇਹ ਫੈਸਲਾ ਲਿਆ ਗਿਆ, ਔਰ ਇਹ ਸਾਰੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਿਹੜਾ ਅੱਜ ਫੈਸਲਾ ਲਿਆ ਗਿਆ ਕਿ ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਨ ਤੱਕ ਇਹ ਜਿਹੜਾ ਮਰਨ ਵਰਤ ਜਾਰੀ ਰਹੇਗਾ, ਕਿਉਂਕਿ ਜਦੋਂ ਤਵਰ ਸਾਹਿਬ ਨੇ ਤਮਤਾਨ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਕਿ ਹਰਿਆਣੇ ਵਿੱਚ ਪੈਂਦਾ ਹੈ, ਉਹਦਾ ਪ੍ਰਬੰਧ ਪੰਜਾਬ ਵਾਲੇ ਸੰਭਾਲ ਰਹੇ ਹੈ, ਉਦਣ ਉਹਨਾਂ ਨੂੰ ਚਿਤਾਤਾ ਸੀ ਜਿੱਦਣ ਯਾਤਰਾ ਸ਼ੁਰੂ ਕੀਤੀ ਜੈਸਰ ਸਾਹਿਬ ਵੀ ਤੁਸੀਂ ਇਹ ਕਮੇਟੀ ਬਣਾਓ। ਇਸ ਕਰਕੇ ਅਗਰ ਇਹ ਆਪਣੇ ਇੱਥੋਂ ਦੇ ਨੁਮਾਇੰਦੇ ਹੈ ਹਰਿਆਣੇ ਦੇ ਤੇ ਕਮੇਟੀ ਬਣਾਉਣਗੇ, ਜੇ ਨਹੀਂ ਨੁਮਾਉਂਦੇ ਤੇ ਫਿਰ ਆਪਣੇ ਵਾਪਸ ਦਿੱਲੀ ਜਾਣਗੇ। ਸਾਡੇ ਨਾਲ ਨੇ ਅਸ
ਅਸੀਂ ਮੈਂ ਆਪਣੀ ਠੱਗੀਆਂ ਤਾਕਤਾਂ ਵੱਲੋਂ ਵੀ ਇਸ ਮੁਹਿੰਮ ਦਾ ਸਮਰਥਨ ਕਰਦਾ ਜਿਹੜੇ ਇਹਦੇ ਬਾਰੇ ਮਤੇ ਵੀ ਪਾਸ ਕਰ ਚੁੱਕੇ ਨੇ ਔਰ ਅਸੀਂ ਆਹ ਜਿਹੜਾ ਹੁਣ ਸਾਡਾ ਅਗਲਾ ਸਮਾਂ ਹੈ ਇਹ ਢਿੱਲੇ ਪੈਣ ਦਾ ਨਹੀਂ ਇਹ ਰੈਸਟ ਕਰਨ ਦਾ ਨਹੀਂ ਇਹ ਕਦੀ ਕਦੀ ਕੋਈ ਵਕਤ ਐਸਾ ਆਉਂਦਾ ਕੌਮਾਂ ਦੀਆਂ ਤਕਦੀਰਾਂ ਤੇ ਤੇ ਉਦੋਂ ਥੋੜੀ ਜਿਹੀ ਕੁਟਾਈ ਲਮਹੋਂ ਨੇ ਖਟਾ ਕੀ ਸਦੀਆਂ ਨੇ ਸਜ਼ਾ ਪਾਈ ਆਪਣੇ ਸਾਰੇ ਹਰਿਆਣਵੀ ਭਾਈਚਾਰੇ ਨੂੰ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਤਿਹਾਸ ਦੇ ਇਸ ਫੈਸਲਾ ਕੁੰਨ ਦੌਰ ਦੇ ਵਿਚ ਤੁਸੀਂ ਹਰਿਆਣਾ ਸਿੱਖ ਕਮੇਟੀ ਦੀ ਸਥਾਪਨਾ ਲਈ ਵਿਜੇ ਢੋਲ ਨੂੰ ਹਰ ਤਰ੍ਹਾਂ ਦਾ ਭਰਪੂਰ ਸਮਰਥਨ ਦੇ ਕੇ ਇਹਦੇ ਮੰਤਵੀ ਨਤੀਜੇ ਤੇ ਪਹੁੰਚਾਓ ਅੱਗੇ ਵਧੀਏ ਅਤੇ ਤੁਹਾਡੇ ਕਦਮ ਚੁੰਮੇਗੀ ਵਾਹਿਗੁਰੂ ਜੀ ਕਾ ਜਿੰਨੀ ਸਾਡੀ ਗਿਣਤੀ ਪ੍ਰਬੰਧਕਾਂ ਦੀ ਵਧੂਗੀ ਜਿੰਨੀ ਸਾਡੀ ਸੇਵਾ ਦਾ ਵੱਧ ਗਿਆ ਓਨਾ ਹੀ ਸਾਡਾ ਗੁਰੂ ਘਰਾਂ ਵੱਲ ਵੱਧ ਧਿਆਨ ਹੋਵੇਗਾ ਸੋ ਮੈਨੂੰ ਬਹੁਤ ਹੀ ਦੁੱਖ ਹੋਇਆ ਸਰਦਾਰ ਜਗਸੀਰ ਸਿੰਘ ਜੀ ਹੋਰਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਬਾਬਾ ਜੀ ਰਾਤ ਤੋਂ ਜਰਨੈਲ ਸਿੰਘ ਬਰਾੜ ਸਾਹਿਬ ਨੂੰ ਪੁਲਿਸ ਚੁੱਕ ਕੇ ਲੈ ਗਈ ਜੋ ਕਾਫੀ ਦਿਨਾਂ ਤੋਂ ਲੈ ਕੇ ਸਿੰਘ ਸਿੱਖ ਸੰਗਤਾਂ ਆਪਣੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੀਆਂ ਵੀ ਇਹ ਬਹੁਤ ਗਲਤ ਗੱਲ ਹੈ ਜੇ ਕੋਈ ਆਪਦੀ ਮੰਗ ਲਈ ਤੇ ਆਪਦੇ ਹੱਕ ਲੈਣ ਵਾਸਤੇ ਕਰਦਾ ਤੇ ਉਹਨਾਂ ਨਾਲ ਇਸ ਤਰ੍ਹਾਂ ਵਿਤਕਰਾ ਕੀਤਾ ਜਾਵੇ ਉਹ ਬਹੁਤ ਹੀ ਨਿੰਦਣਯੋਗ ਗੱਲ ਹੈ ਜਿਸ ਤਰ੍ਹਾਂ ਸਰਕਾਰਾਂ ਹਨ ਸਰਕਾਰਾਂ ਨੂੰ ਵੀ ਚਾਹੀਦਾ ਹੈ ਵੀ ਇਹ ਜੋ ਮਸਲਾ ਹੈ ਇਸ ਮਸਲੇ ਨੂੰ ਸੀਰੀਅਸ ਲੈਣ ਜੇ ਰਾਤ ਹਰਿਆਣਾ ਸਰਕਾਰ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਲ ਜਿਹੜੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਪ੍ਰਧਾਨ ਹਨ ਅਵਤਾਰ ਸਿੰਘ ਲੱਕੜ ਉਹ ਐਸੀਆਂ ਦੋਗਲੀਆਂ ਨੀਤੀਆਂ ਅਪਣਾ ਰਹੇ ਹਨ ਇੱਕ ਪਾਸੇ ਹਰਿਆਣੇ ਦੇ ਵਿੱਚ ਆਪਦੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਗੁਰੂ ਮਹਾਰਾਜ ਜੀ ਹਾਜ਼ਰੀ ਲਓ ਵੱਧ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਧੰਨਵਾਦੀ ਹਾਂ ਸਿਰਸਾ ਦੀ ਸਿੱਖ ਸੰਗਤ ਦੇ ਜਿਨ੍ਹਾਂ ਨੇ 13 ਸਾਲ ਤੋਂ ਜੋ ਸੰਘਰਸ਼ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੱਲਦਾ ਸੀ ਤੁਹਾਨੂੰ ਸਾਡੀ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ ਯੂਟਿਊਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਹੁਣ ਤੋਂ ਅਪੀਲ ਹੈ ਕਿ ਸਕਰੀਨ ਦੇ ਖੱਬੇ ਹੱਥ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ ਈਮੇਲ ID ਦਾ ਪਾਸਵਰਡ ਭਰ ਦੇਣ
ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਪਹੁੰਚਦੀਆਂ ਰਹਿਣਗੀਆਂ। ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ। ਇਸੇ ਹੀ ਆਸ ਨਾਲ ਮੈਂ ਅਦਾਰਾ ਤਹਿਲਕਾ ਪੰਜਾਬ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ ਦੁਆਬਾ ਮਾਰਕੀਟ ਸਾਹਮਣੇ ਬੱਸ ਸਟੈਂਡ ਜਲੰਧਰ।